ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਤੋਂ ਹੋਰ ਤੋਂ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ ਪੰਚਕੁਲਾ ਵਿੱਚ ਅੱਜ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਅਜਿਹਾ ਸਹਿਣ ਨਹੀਂ ਕਰਦਾ ਪੰਜਾਬ ਮੈਂ ਸਰਕਾਰ ਪੰਜਾਬ ਚ ਨਹੀਂ ਚੱਲ ਰਹੀ کہیں ਔਰ ਸੇ ਉਸਕੇ ਰਿਮੋਟ ਕੰਟਰੋਲ ਸੇ ਚਲਾਈ ਜਾ ਰਹੀ ਹੈ ਔਰ ਪੰਜਾਬ ਜਿਹਾ ਰਾਜ ਕਦੇ ਰਿਮੋਟ ਕੰਟਰੋਲ ਵਾਲੀ ਸਰਕਾਰ ਨੂੰ ਬਰਦਾਸ਼ਤ ਨਹੀਂ ਕਰਦਾ ਹੈ ਪੰਜਾਬ ਕੇ ਲੋਕ स्वाभिमानी है पंजाब के लोग भाईचारे में विश्वास करते हैं और जो लोग इस भाईचारे में दरार डालना चाहते हैं अपने वोट बैंक की राजनीति के लिए उनको पंजाब के लोग स्वीकार नहीं करेंगे चाहे वो सत्ता में ही क्यों ना हो और इसलिए मैं कहना चाहता हूं कि जागिए, आपको मौका दिया है पंजाब की सेवा करने का लेकिन अगर सोए रहेंगे और पंजाब की सरकार कहीं और से चलेगी तो पंजाब के लोग इसको सहन नहीं करेंगे